ਮੇਰਾ ਨਾਮ ਬਈ ਅੰਮ੍ਰਿਤਪਾਲ ਸਿੰਘ ਆ, ਪਿੰਡ ਲੱਖਾ ਵਾ, ਅਤੇ 25 ਅਗਸਤ ਨੂੰ ਮੇਰੀ ਭੈਣ ਦਾ ਵਿਆਹ ਹੋਇਆ ਸੀਗਾ, ਅਤੇ 25 ਅਗਸਤ ਦੇ ਵਿਆਹ ਤੋਂ ਬਾਅਦ ਯਾਨੀ ਕਿ ਅੱਜ ਘਟਨਾ ਮੇਰੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ, ਜੋ ਕਿ ਸਾਨੂੰ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਤੜਕੇ ਸੁਬਹਾ 3:30 ਵਜੇ ਦੱਸਿਆ ਜਾਂਦਾ ਵਾ ਫੋਨ ਲਾ ਕੇ, ਅਤੇ ਜੋ ਕਿ ਇਹਨਾਂ ਨੇ ਜਿਵੇਂ ਦੱਸਿਆ ਸਾਨੂੰ, ਅਸੀਂ ਜਿਵੇਂ ਪੁੱਜੇ ਉੱਥੇ ਅਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਮਿਲੀ ਸਾਨੂੰ, ਅਤੇ ਉਹਨਾਂ ਦੇ ਗਰਦਨ 'ਤੇ ਬਹੁਤ ਵਾਰ ਕੀਤੇ ਹੋਏ ਸੀ ਜਿਵੇਂ ਪੇਚਕਸ਼ ਨਾਲ, ਅਤੇ ਬਹੁਤ ਹੀ ਗੰਦੀ ਘਟੀਆ ਤਰੀਕੇ ਨਾਲ ਉਹਨਾਂ ਦੀ ਮੌਤ ਕੀਤੀ ਗਈ ਆ, ਅਤੇ ਵਿਆਹ ਤੋਂ ਬਾਅਦ ਮੁੰਡਾ ਕੁਛ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਸੀਗਾ, ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ, ਪਰ ਉਸਨੇ ਇਹ ਘਟਨਾ ਨੂੰ ਆਖਰ ਨੂੰ ਅੰਜਾਮ ਦਿੱਤਾ ਜੀ। ਪ੍ਰਸ਼ਾਸਨ ਤੋਂ ਸੁਣਵਾਈ ਘੱਟ ਹੋ ਰਹੀ ਹੈ ਜੀ, ਸੁਣਵਾਈ ਕੀਤੀ ਜਾਵੇ, ਚੰਗੀ ਤਰੀਕੇ ਨਾਲ ਇਨਸਾਫ ਦਿੱਤਾ ਜਾਵੇ। ਬਾਹਰ ਦਾ ਆਉਂਦਾ ਜੀ, ਲਾਇਆ ਹੋਇਆ ਸੀਗਾ ਪਰ ਜੇ ਬਣ ਜਾਂਦਾ ਤਾਂ ਨਰਾਇਣਗੜ੍ਹ ਸੋਈਆਂ ਵੀ ਆਈ ਸੀਗੀ। ਸਰਪੰਚ ਆ ਤਜਿੰਦਰ ਸਿੰਘ, ਪੰਚ ਨਰਾਇਣਗੜ੍ਹ ਸੋਈਆਂ, ਜ਼ਿਲ੍ਹਾ ਬਰਨਾਲਾ। ਘਟਨਾ ਇਹ 2:30 ਵਜੇ ਵਾਪਰੀ ਆ ਇਹ, ਅਤੇ ਚਲੋ ਉਹਨਾਂ ਅੰਦਰ ਪਿਆ ਸੀਗਾ ਘਰ, ਦੋਹੇ ਕੀ ਕਹਿੰਦੇ ਆ, ਕੁੜੀ ਵੀ ਸੀਗੀ ਮੁੰਡਾ ਵੀ ਉੱਥੇ ਹੀ, ਅਤੇ ਉਦੋਂ ਬਾਅਦ ਘਰ ਵਾਲੇ ਦੂਜੇ ਪਰਿਵਾਰ ਪਾਸੇ ਪਏ ਸੀਗੇ ਦੂਜੇ ਕਮਰੇ 'ਚ। ਉਹਨਾਂ ਨੇ ਜਦੋਂ ਮੋਟਰਸਾਈਕਲ ਸਟਾਰਟ ਕਰਿਆ 2:30 ਵਜੇ, ਉਦੋਂ ਬਾਅਦ ਉਹਨਾਂ ਨੂੰ ਘਰਦਿਆਂ ਨੂੰ ਫਿਰ ਪਤਾ ਲੱਗਿਆ, ਉਹ ਭੱਜ ਗਿਆ। ਉਦੋਂ ਬਾਅਦ ਮੈਨੂੰ ਕੀ ਕਹਿੰਦੇ ਆ, ਨਾਲ ਹੀ ਸਾਡਾ ਘਰ ਆ ਨੇੜੇ, ਅਤੇ ਉੱਥੇ ਮੈਨੂੰ ਬੁਲਾਇਆ, ਬੁਲਾ ਕੇ ਜਦੋਂ ਦੇਖਿਆ ਕੀ ਕਹਿੰਦੇ, ਉਦੋਂ ਬਾਅਦ ਜਦੋਂ ਹੀ ਮੈਂ ਪੁਲਿਸ ਵਾਲਿਆਂ ਨੂੰ ਫੋਨ ਲਾਇਆ, ਅਤੇ ਆਪਣਾ SHO ਨੂੰ, SHO ਨੂੰ ਨੰਬਰ ਦੇ ਕੇ ਉਹਨਾਂ ਨੇ ਕੀ ਕਹਿੰਦੇ ਆ ਜਦੋਂ ਪਾ ਕੇ ਉਹ ਕਰ ਲਿਆ, ਉਹਨਾਂ ਨੇ ਟਰੇਸ ਕਰ ਲਿਆ, ਫੜ ਲਿਆ ਜੀ। ਕੁੜੀ ਕੀ ਕਹਿੰਦੇ ਆ, 25 ਕੁ ਦਿਨ ਹੋ ਗਏ ਸੀਗੇ ਵਿਆਹ ਹੋਏ ਨੂੰ, 25 ਮਗਰਲੇ 8 ਤਰੀਕ ਦਾ 24 ਤਰੀਕ ਦਾ ਵਿਆਹ ਸੀਗਾ, ਅਤੇ ਉਦੋਂ ਬਾਅਦ ਕੋਈ ਊਂ ਤਾਂ ਨਹੀਂ ਸੀਗਾ ਕੋਈ ਰੌਲਾ ਗੌਲਾ, ਅਤੇ ਬਸ ਆਹੀ ਰਾਤ ਦਾ ਨਹੀਂ ਕੋਈ ਕੀ ਗੱਲਬਾਤ ਹੋਈ ਆ ਕੀ ਨਹੀਂ। ਕੁੜੀ ਦਾ ILETS ਕਰਿਆ ਸੀਗਾ ਇਹਨਾਂ ਨੇ, ਮੁੰਡੇ ਵਾਲਿਆਂ ਨੇ ਪੈਸੇ ਭਰੇ ਹੋਏ ਸੀ ਸਾਰਾ ਕੁਛ, ਕੁੜੀ ਦਾ ਵੀਜ਼ਾ ਆਇਆ ਵਾ ਸੀਗਾ, ਬਾਹਰ ਨੂੰ ਜਾਣਾ ਸੀਗਾ, ਜਨਵਰੀ ਕਹਿੰਦੇ ਆ ਟੇਕ ਸੀਗਾ ਇਹ ਮੁੰਡੇ ਬਣੀਆਂ। ਮੈਂ ਕਰਮਜੀਤ ਸਿੰਘ, ਸਰਪੰਚ ਸਾਹਿਬ ਕਾ ਜੰਗੀਆਂ ਤੋਂ, ਸਾਡੇ ਪਿੰਡੋਂ ਰਿਸ਼ਤੇਦਾਰੀ ਆ, ਲੱਖੇ ਪਿੰਡ ਦੀ ਕੁੜੀ ਹੈ, ਇਹਦਾ ਕੁੜੀ ਦਾ ਪਰਿਵਾਰ ਬਹੁਤ ਨਰਮ ਹੈ। ਕੁੜੀ ਦੇ ਮੈਰਿਜ ਹੋਈ ਨੂੰ ਹਜੇ ਤਕਰੀਬਨ 20 ਕੁ ਦਿਨ ਹੀ ਹੋਏ ਹੈ, ਅਤੇ ਇਹਨਾਂ ਨੇ ਰਾਤ ਸਹੁਰੇ ਆਇਆਂ ਨੇ, ਸੋਈ ਆਇਆਂ ਨੇ ਕੁੜੀ ਨੂੰ ਮਾਰਤਾ, ਅਤੇ ਹੁਣ ਪੁਲਿਸ ਕਾਰਵਾਈ ਕਰੀ ਜਾਂਦੀ ਹੈ। ਕਹਿੰਦੇ ਬਾਕੀ ਚਲੋ ਸਾਨੂੰ ਸੰਤੁਸ਼ਟੀ ਆ ਵੀ ਕਾਰਵਾਈ ਵੀ ਵਧੀਆ ਕਰਨਗੇ ਪੁਲਿਸ ਵਾਲੇ, ਸਾਰੀ ਕਰਨੀ ਚਾਹੀਦੀ ਵੀ ਆ, ਗਾਹਾਂ ਨੂੰ ਇਹ ਘਟਨਾ ਵਰਤਣੀ ਚਾਹੀਦੀ। ਨਰਾਇਣਗੜ੍ਹ ਸੋਈਆਂ ਪਹਿਲਾਂ ਮੰਗਦੇ ਸੀ, ਕਹਿੰਦਾ ਕਿਤੇ ਤੋਹਫ ਮੰਗ ਲੈਂਦੇ ਸੀ ਵਿਆਹ ਤੋਂ ਪਹਿਲਾਂ ਵੀ, ਉਹਨਾਂ ਨੇ ਚੰਦੀ ਕੁਛ ਜ਼ਮੀਨ ਵਗੈਰਾ ਲਿਖਾਈ ਵੀ ਹੈ, ਅਤੇ ਹੁਣ ਵੀ ਪੈਸਿਆਂ ਦੀ ਮੰਗ ਕਰਦੇ ਸੀ। ਉਹਦਾ ਵੀਜ਼ਾ ਕੁੜੀ ਦਾ ਆਇਆ ਬਸ, ਇਹ ਦੋ ਭੈਣ ਭਰਾ ਕਤਲ ਹੈ, ਬਿਲਕੁਲ ਕਤਲ ਹੈ। ਅਸੀਂ ਤਾਂ ਕਹਿੰਦੇ ਹਾਂ ਕਹਿੰਦਾ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮੈਂ SHO ਟੱਲੇਵਾਲ ਨਿਰਮਲਜੀਤ ਸਿੰਘ, ਸਾਡੇ ਸੁਬਹਾ ਸਾਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀਗੀ, ਜਿਹਦੇ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਅਜਮੇਰ ਸਿੰਘ ਨੇ ਆਪਣਾ ਬਿਆਨ ਮੇਰੇ ਕੋਲ ਤਹਿਰੀਰ ਕਰਵਾਇਆ ਕਿ ਐਂ ਕਰਕੇ ਮੇਰੀ ਕੁੜੀ ਨੂੰ ਉਹਦੇ ਸਹੁਰਿਆਂ ਨੇ ਮਾਰ ਦਿੱਤਾ। ਅਸੀਂ ਮੌਕੇ 'ਤੇ ਜਾ ਕੇ ਉਹਨੂੰ ਨਾਲ ਲੈ ਕੇ, ਜਦੋਂ ਮੌਕੇ 'ਤੇ ਗਿਆ ਉੱਥੇ ਜਾ ਕੇ ਪੂਰੇ ਕਾਇਦੇ ਕਾਨੂੰਨ ਨਾਲ ਸਾਰਾ ਉੱਥੋਂ ਐਵੀਡੈਂਸ ਕਲੈਕਟ ਕਰਕੇ ਡੈਡ ਬੋਡੀ ਨੂੰ ਕਬਜ਼ੇ 'ਚ ਲੈ ਲਿਆ ਸੀ ਅਤੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਸੀ। ਹੁਣ ਅਸੀਂ ਪੋਸਟਮਾਰਟਮ ਕਰਵਾ ਕੇ ਬਾਕੀ ਅਗਲੀ ਕੱਲ੍ਹ ਜਿਹੜੀ ਤਫਤੀਸ਼ ਆ ਉਹ ਅਮਲ 'ਚ ਲਿਆਵਾਂਗੇ, ਅਤੇ ਇਹਦੇ 'ਤੇ ਮੁਕੱਦਮਾ ਨੰਬਰ 43 ਮਿਤੀ ਅੱਜ ਦੀ 2024 ਅਧੀਨ ਧਾਰਾ 103 ਦਰਜ ਰਜਿਸਟਰ ਹੋ ਗਿਆ, ਨਹੀਂ ਹਾਲੇ ਤੱਕ ਕੋਈ ਰਹਿ।